ਕੀ ਗੱਲ ਹੈ ਦੱਸੋ ਸਹੀ ਗੱਲ ਵੀ ਦੱਸੋ ਇਹਨੂੰ ਜੇ ਕਹੀਏ ਕਿ ਮਰਦ ਦਾ ਦਿਲ ਬੜਾ ਦਲੀਰ ਹੁੰਦਾ ਤੇ ਸਖਤ ਹੁੰਦਾ ਪਰ ਜੇ ਗੱਲ ਇਸ ਪਰਿਵਾਰ ਦੇ ਮੁਖੀ ਦੀ ਕੀਤੀ ਜਾਵੇ ਤਾਂ ਉਸਨੂੰ ਗਰੀਬੀ ਨੇ ਅਤੇ ਇਹਨਾਂ ਮੁਸੀਬਤਾਂ ਨੇ ਇੰਨਾ ਤੋੜ ਦਿੱਤਾ ਕਿ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਪਾਣੀ ਪੂਣੀ ਪੀਣ ਵਾਲਾ ਕਿੱਥੋਂ ਲਿਆਉਂਦੇ ਲੋ ਪਾਣੀ ਤਾਂ ਕਿਸੇ ਦੇ ਘਰੋਂ ਲਿਆ ਗਿਆ ਪੀ ਲੈ ਜੇ ਪਾਣੀ ਵੀ ਨਹੀਂ ਹੈਗਾ ਘਰੇ ਮੋਟਰ ਨਹੀਂ ਹੈਗੀ ਕਹਿੰਦੇ ਨੇ ਕਿ ਮਰਦ ਨੂੰ ਕਦੇ ਦਰਦ ਨਹੀਂ ਹੁੰਦਾ ਪਰ ਕਈ ਵਾਰ ਗਰੀਬੀ ਮਰਦ ਨੂੰ ਇੰਨਾ ਤੋੜ ਦਿੰਦੀ ਹੈ ਕਿ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਲੈਂਦੇ ਕੁਝ ਇਸ ਤਰ੍ਹਾਂ ਦੀ ਹੀ ਕਹਾਣੀ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਹਿਲਾਂ ਤਾਂ ਘਰ ਦੇ ਵਿੱਚ ਪਈ ਅੱਤ ਦੀ ਗਰੀਬੀ ਨੇ ਮਾਰਿਆ ਫਿਰ ਉੱਤੋਂ ਆਏ ਹੜ੍ਹਾਂ ਨੇ ਪਾਣੀ ਨੇ ਸਭ ਕੁਝ ਤਬਾਹ ਕਰ ਦਿੱਤਾ ਠੰਡ ਦੇ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਨੀਲੇ ਆਸਮਾਨ ਦੇ ਹੇਠ ਰਾਤਾਂ ਕਟਿਆ ਕਰਨ ਤੇ ਇਹ ਪਰਿਵਾਰ ਜਿਹੜਾ ਆ ਮਜਬੂਰ ਹੈ ਜੀ ਹਾਂ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਘੜੋਮ ਵਿਖੇ ਇੱਕ ਐਸਾ ਪਰਿਵਾਰ ਸਾਹਮਣੇ ਆਇਆ ਜਿਸ ਨੂੰ ਤਾਂ ਪਹਿਲਾਂ ਅੱਤ ਦੀ ਗਰੀਬੀ ਨੇ ਮਾਰ ਛੱਡਿਆ ਤੇ ਦੋ ਵਕਤ ਦੀ ਰੋਟੀ ਦੇ ਲਈ ਇਹ ਪਰਿਵਾਰ ਜਿਹੜਾ ਆ ਮੁਹਤਾਜ ਹੈ ਘੜੋਮ ਦੇ ਨਜ਼ਦੀਕ ਤੁਹਾਨੂੰ ਦੱਸ ਦਈਏ ਕਿ ਸਤਲੁਜ ਦਰਿਆ ਦਾ ਬੰਨ ਟੁੱਟ ਜਾਣ ਕਾਰਨ ਗਰੀਬ ਪਰਿਵਾਰ ਦਾ ਜੋ ਕਮਰਾ ਸੀ ਉਹ ਜਿਸ ਵਿੱਚ ਗੁਜ਼ਾਰਾ ਕਰ ਰਹੇ ਸਨ ਉਸ ਨੂੰ ਤਰੇੜ ਆ ਗਈ ਤੇ ਸਾਰਾ ਕੁਝ ਬਰਬਾਦ ਹੋ ਗਿਆ ਇੱਥੋਂ ਤੱਕ ਕਿ ਘਰ ਦੇ ਵਿੱਚ ਨਾ ਕੋਈ ਕੱਪੜਾ ਤੇ ਨਾ ਕੋਈ ਲੀੜਾ ਰਿਹਾ ਜੇ ਕਹੀਏ ਕਿ ਮਰਦ ਦਾ ਦਿਲ ਬੜਾ ਦਲੀਰ ਹੁੰਦਾ ਤੇ ਸਖਤ ਹੁੰਦਾ ਪਰ ਜੇ ਗੱਲ ਇਸ ਪਰਿਵਾਰ ਦੇ ਮੁਖੀ ਦੀ ਕੀਤੀ ਜਾਵੇ ਤਾਂ ਉਸਨੂੰ ਗਰੀਬੀ ਨੇ ਅਤੇ ਇਹਨਾਂ ਮੁਸੀਬਤਾਂ ਨੇ ਇੰਨਾ ਤੋੜ ਦਿੱਤਾ ਕਿ ਉਸਦੀਆਂ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕ ਰਹੇ ਤੇ ਉਹ ਦਾਨੀ ਸੱਜਣਾਂ ਦੀ ਉਡੀਕ ਕਰ ਰਹੇ ਨੇ ਜਿਹੜੀ ਉਹਨਾਂ ਦੀ ਮਦਦ ਕਰਨ ਤੇ ਜਿਸ ਕਾਰਨ ਉਹਨਾਂ ਦਾ ਪਰਿਵਾਰ ਜਿਹੜਾ ਦੁਬਾਰਾ ਉਸ ਤਰ੍ਹਾਂ ਦੀ ਹਾਲਤ ਦੇ ਵਿੱਚ ਆ ਜਾਵੇ ਕਿ ਉਹ ਆਪਣੇ ਦਿਨ ਜਿਹੜੇ ਆ ਆਰਾਮ ਨਾਲ ਕਟਿਆ ਕਰ ਸਕਣ ਤਾਂ ਸਮਾਜ ਸੇਵੀ ਲੋਕਾਂ ਦੀ ਉਡੀਕ ਕਰ ਰਿਹਾ ਇਹ ਪਰਿਵਾਰ ਕੀ ਨਾਮ ਹੈ ਜੀ ਤੁਹਾਡਾ ਕੁਲਵਿੰਦਰ ਕੌਰ ਕਿਹੜਾ ਪਿੰਡ ਘੜੋਮ ਤੇ ਕੀ ਆ ਰੋਣ ਕਿਉਂ ਆਉਂਦਾ ਜੀ ਕੀ ਗੱਲ ਕੀ ਆ ਕੀ ਕਰੀਏ ਹਾਲਾਤ ਹੀ ਏਡੇ ਮਾੜੇ ਆ ਤੇ ਕੋਈ ਰਾਤ ਨੂੰ ਜਿੱਥੋਂ ਆਉਣਾ ਬੱਦਲ ਹੁੰਦਾ ਉਹ ਦੱਫੀ ਕਰ ਹੁੰਦਾ ਕਿੱਥੇ ਪੈਣਾ ਰਾਤ ਨੂੰ ਕਮਰਾ ਕਿੱਥੇ ਜਦੋਂ ਪਾਣੀ ਆਇਆ ਬਹੁਤ ਹਾਲਾਤ ਮਾੜੇ ਹੋ ਗਏ ਕੋਟਾ ਡਿੱਗਣ ਵਾਲਾ ਪਿੱਛੋਂ ਕੰਧਾਂ ਕੁੰਧਾਂ ਬਹਿ ਗਈਆਂ ਕੋਈ ਹਾਲ ਨਹੀਂ ਕਮਰੇ ਦਾ ਤੇ ਕੋਈ ਕੱਪੜਾ ਲੀੜਾ ਵੀ ਨਹੀਂ ਹੈਗਾ ਹਾਂਜੀ ਕੁਛ ਨਹੀਂ ਹੈਗਾ ਤੇ ਰਾਤ ਕਿਵੇਂ ਕੱਟਦੇ ਜੀ ਹੁਣ ਇਤਰਾ ਹੀ ਤੇ ਜਗ੍ਹਾ ਇੱਥੇ ਇਹਦੇ ਵਿੱਚ ਤੰਬੂ ਲਾ ਕੇ ਇੱਥੇ ਕਿਰਪੈਲ ਤਾਂ ਲਈ ਜੇ ਜਗ੍ਹਾ ਰਾਤ ਨੂੰ ਕੱਟ ਲਈ ਜੀ ਇਤਰਾ ਹੀ ਤੇ ਪਾਣੀ ਪੂਣੀ ਪੀਣ ਵਾਲਾ ਕਿੱਥੋਂ ਲਿਆਉਂਦੇ ਲਿਆਉਂਦੇ ਪਾਣੀ ਇਤਰਾ ਕਿਸੇ ਦੇ ਘਰੋਂ ਲਿਆ ਗਿਆ ਤਾਂ ਪੀ ਲੈਂਦੇ ਪਾਣੀ ਵੀ ਨਹੀਂ ਹੈਗਾ ਘਰੇ ਮੋਟਰ ਨਹੀਂ ਹੈਗੀ ਇਤਰਾ ਹੀ ਟਾਈਮ ਪਾਸ ਕਰਦੇ ਬੱਚੇ ਕਿੰਨੇ ਆ ਬੱਚੇ ਹਾਂਜੀ ਦੋ ਆ ਤੇ ਉਹ ਕਿੱਥੇ ਨੇ ਉਹ ਇੱਕ ਨਾਨਕੀ ਕੁੜੀ ਆ ਇੱਕ ਬੱਚਾ ਵੀ ਨਾਲ ਕੰਮ ਤੇ ਹੁਣ ਕੀ ਮੰਗ ਕੀ ਕਰਦੇ ਅਸੀਂ ਇਹਨੇ ਸਾਡਾ ਘਰ ਬਣ ਜੇ ਸਾਨੂੰ ਕੁਛ ਦੇ ਕੋਈ ਨਹੀਂ ਕੁਛ ਸਾਡੀ ਬਾਤ ਕੋਈ ਨਹੀਂ ਪੁੱਛੀ ਕਿਸੇ ਨੇ ਪਾਣੀ ਇੱਥੇ ਘਰ ਦੇ ਵਿੱਚ ਵਗਦਾ ਰਿਹਾ ਹਾਂਜੀ ਫੁੱਲ ਪਾਣੀ ਵਗਦਾ ਅੰਦਰ ਉਹ ਕਮਰਾ ਭਰਿਆ ਕੋਈ ਸਰਕਾਰ ਦੇ ਕੇ ਕੁਛ ਨਹੀਂ ਕਿਸੇ ਨੇ ਕੁਛ ਨਹੀਂ ਸਾਡੀ ਬਾਤ ਪੁੱਛੀ ਪਾਣੀ ਸਮਾਨ ਸਮੂਨ ਵੀ ਰੋੜ ਰੁੜ ਗਿਆ ਕੀ ਨਾਮ ਵਿਧੀ ਤੁਹਾਡਾ ਦਰਸ਼ਨ ਸਿੰਘ ਕੀ ਗੱਲਾਂ ਕੀ ਹਾਲਾਤ ਨੇ ਕਰਦੇ ਇਹ ਘਰ ਦੇ ਪਾਣੀ ਆਉਣ ਕਰਕੇ ਬੰਨ ਟੁੱਟਣ ਕਰਕੇ ਅਸੀਂ ਫਿਰ ਕੋਠਾ ਡਿੱਗਣ ਡਿਆ ਪਿਆ ਅਤੇ ਮੁੜ ਕੇ ਅਸੀਂ ਬੰਨ ਤੇ ਗਏ ਚਲੇ ਬੰਨ ਤੇ ਦਿਨ ਕੱਟੇ ਆ ਬੜੇ ਦਿਨ ਅਤੇ ਨਹੀਂ ਕੀ ਗੱਲ ਨਾ ਕੋਈ ਕੱਪੜਾ ਨਾ ਲੀੜਾ ਉਹ ਇਤਨਾ ਹੀ ਬੈਠੇ ਹਾਂ ਸਾਰੀ ਕੀ ਬੱਚੇ ਕਿੱਥੇ ਗੁੜੀਆਂ ਨਾਨਕੇ ਤੇ ਕੀ ਗੱਲ ਰੌਣਕਾਂ ਤੋਂ ਦੇ ਪਏ ਕੀ ਗੱਲ ਹੈ ਦੱਸੋ ਸਹੀ ਗੱਲ ਵੀ ਦੱਸੋ ਇਹਨੂੰ ਮੋਬਾਇਲ ਨੰਬਰ ਕਿੰਨਾ ਤੁਹਾਡਾ 86 99 94 8 94